ਵੈਲਕਮ ਏਵਰੀਵਨ ਸਵਾਗਤ ਹੈ ਤੁਹਾਡਾ ਸਭ ਦਾ ਬੀਏਡ ਵਿਦ ਗਗਨਦੀਪ ਕੌਰ ਚੈਨਲ ਤੇ ਤੇ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਟਾਪਿਕ ਤੇ ਡਿਸਕਸ ਕਰਨ ਵਾਲੇ ਆ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹੋ ਜਿਹੇ ਹੋਰ ਇੰਪੋਰਟੈਂਟ ਟਾਪਿਕਸ ਤੇ ਵੀਡੀਓ ਪਾਉਣ ਲਈ ਅੱਜ ਦਾ ਆਪਣਾ ਟਾਪਿਕ ਹੈ ਐਡੀਸ਼ਨਲ ਸਬਜੈਕਟ ਕੀ ਹੈ ਇਸ ਦੇ ਅਸੀਂ ਕਿਵੇਂ ਇਸ ਨੂੰ ਆਪਣੇ ਕੋਰਸ ਦੇ ਵਿੱਚ ਐਡ ਕਰ ਸਕਦੇ ਹਾਂ ਤੇ ਹੋਰ ਵਾਤ ਕੋ ਜੇ ਅੱਪ ਅੱਜ ਜਾਣਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਪੱਤ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ ਅੱਗੇ ਵਧਣ ਤੋਂ ਪਹਿਲਾਂ ਦੇਖ ਲੈਣੇ ਆ ਕਿ ਜੇ ਆਪਣੇ ਕੋਲ ਮੰਨ ਲਓ ਵੀ ਆਪਾਂ ਕੋਈ ਵੀ ਡਿਗਰੀ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਕੋਈ ਵਾਰੀ ਇਹ ਹੁੰਦਾ ਕਿ ਆਪਾਂ ਸਬਜੈਕਟ ਕੋਈ ਹੋਰ ਚੂਜ਼ ਕਰ ਲਿਆ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਨਹੀਂ ਇਸ ਤੋਂ ਬਿਨਾ ਮੇਰੇ ਕੋਲੇ ਮਨ ਲਓ ਤੁਹਾਡੇ ਕੋਲ ਹਿੰਦੀ ਹੈ ਪੰਜਾਬੀ ਹੈ ਤੁਸੀਂ ਚਾਹੁੰਦੇ ਸੀ ਕਿ ਮੇਰੇ ਕੋਲੇ ਇੰਗਲਿਸ਼ ਵੀ ਹੋਣੀ ਚਾਹੀਦੀ ਸੀ ਤਾਂ ਉਸ ਨੂੰ ਤੁਸੀਂ ਕਿਵੇਂ ਐਡ ਕਰ ਸਕਦੇ ਹੋ ਇਸੇ ਨੂੰ ਐਡੀਸ਼ਨਲ ਸਬਜੈਕਟ ਕਿਹਾ ਜਾਂਦਾ ਜੇ ਤੁਸੀਂ ਕੋਈ ਤੀਜਾ ਸਬਜੈਕਟ ਆਪਣੀ ਚੋਇਸ ਨਾਲ ਕੋਈ ਹੋਰ ਸਬਜੈਕਟ ਆਪਣੇ ਕੋਰਸ ਵਿੱਚ ਐਡ ਕਰਨਾ ਚਾਹੁੰਦੇ ਹੋ ਤੇ ਉਸ ਨੂੰ ਕਿਵੇਂ ਐਡ ਕੀਤਾ ਜਾ ਸਕਦਾ ਚਲੋ ਦੇਖ ਲੈਂਦੇ ਹਾਂ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੋਈ ਮੰਨ ਲਓ ਤੁਸੀਂ ਬੀਐਡ ਦਾ ਕੋਰਸ ਕਰ ਰਹੇ ਹੋ ਤੇ ਤੁਹਾਡੇ ਕੋਲੇ ਹਿੰਦੀ ਹੈ ਮੰਨ ਲਓ ਪਲੱਸ ਐਸਐਸਟੀ ਹੈ ਠੀਕ ਹੈ ਤੁਸੀਂ ਚਾਹੁੰਦੇ ਸੀ ਕਿ ਨਾਲ ਮੇਰੇ ਕੋਲੇ ਇੰਗਲਿਸ਼ ਵੀ ਹੋਣੀ ਚਾਹੀਦੀ ਸੀ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਮੰਨ ਲਓ ਅ ਇੰਗਲਿਸ਼ ਨਹੀਂ ਕੀਤੀ ਤਾਂ ਤੁਸੀਂ ਕੀ ਕਰੋਗੇ ਆਪਣੀ ਐਡੀਸ਼ਨਲ ਸਬਜੈਕਟ ਲੈ ਕੇ ਗ੍ਰੈਜੂਏਸ਼ਨ ਦੇ ਵਿੱਚ ਕਿਉਂਕਿ ਮੰਨ ਲਓ ਲੈਂਗੁਏਜ ਵਾਲੇ ਸਬਜੈਕਟ ਹੈ ਹਿੰਦੀ ਪੰਜਾਬੀ ਇੰਗਲਿਸ਼ ਆਪਾਂ ਇੱਕੋ ਟਾਈਮ 'ਚ ਤਿੰਨ ਤਿੰਨ ਸਬਜੈਕਟ ਮੈ ਲੈ ਸਕਦੇ ਹੁੰਦੇ ਪਰ ਆਪਣਾ ਦਿਲ ਹੁੰਦਾ ਕਿ ਆਪਾਂ ਇੱਕ ਤੋਂ ਵੱਧ ਸਬਜੈਕਟ ਲੈਂਗੁਏਜ ਵਾਲਾ ਲਈਏ ਤਾਂ ਉਹਦੇ ਨਾਲ ਕੀ ਹੁੰਦਾ ਕਿ ਕੋਰਸ ਕੰਪਲੀਟ ਕਰਨ ਤੋਂ ਬਾਅਦ ਮੰਨ ਲਓ ਤੁਸੀਂ ਬੀਏ ਕਰ ਰਹੇ ਹੋ ਜਾਂ ਕੋਈ ਵੀ ਕੋਰਸ ਕਰ ਰਹੇ ਹੋ ਤੁਸੀਂ ਐਡੀਸ਼ਨਲ ਸਬਜੈਕਟ ਲੈਣਾ ਚਾਹੁੰਦੇ ਹੋ ਤਾਂ ਸੇਮ ਸਬਜੈਕਟ ਇੱਕੋ ਇੱਕੋ ਜਿਹੜੇ ਸਬਜੈਕਟ ਹੁੰਦੇ ਆ ਆਪਾਂ ਇੱਕੋ ਸਮੇਂ 'ਚ ਨਹੀਂ ਲੈ ਸਕਦੇ ਹੁੰਦੇ ਤਾਂ ਆਪਾਂ ਉਸ ਨੂੰ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਬਾਅਦ 'ਚ ਐਡ ਕਰ ਸਕਦੇ ਹੁੰਦੇ ਆ ਜਦੋਂ ਆਪਣਾ ਕੋਰਸ ਕੰਪਲੀਟ ਹੋ ਜਾਂਦਾ ਹੈ ਮੰਨ ਲਓ ਤੁਸੀਂ ਬੀਏ ਕੰਪਲੀਟ ਕੀਤੀ ਹੈ ਹਿੰਦੀ ਤੁਹਾਡੇ ਕੋਲੇ ਉਸ ਦੇ ਵਿੱਚ ਇੱਕ ਲੈਂਗੁਏਜ ਸਬਜੈਕਟ ਸੀ ਤਾਂ ਨਾਲ ਤੁਸੀਂ ਪੰਜਾਬੀ ਮੰਨ ਲਓ ਹਿੰਦੀ ਇਲੈਕਟਿਵ ਸੀ ਪੰਜਾਬੀ ਇਲੈਕਟਿਵ ਉਸ ਟਾਈਮ ਨਹੀਂ ਲੈ ਸਕਦੇ ਪਰ ਬਾਅਦ ਦੇ ਵਿੱਚ ਤੁਸੀਂ ਲੈ ਸਕਦੇ ਹੋ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਮਤਲਬ ਅੱਜ ਜੋ ਮੇਰਾ ਮੇਨ ਫੋਕਸ ਹੈ ਕਿ ਐਡੀਸ਼ਨਲ ਸਬਜੈਕਟ BATT ਦੇ ਵਿੱਚ ਕਿਵੇਂ ਲਿਆ ਜਾਵੇ ਮੰਨ ਲਓ ਤੁਸੀਂ ਅੱਜ ਹਿੰਦੀ ਤੇ ਐਸਐਸਟੀ ਨਾਲ ਆਪਣਾ ਕੋਰਸ ਵੀ ਐਡ ਦਾ ਕਰ ਰਹੇ ਹੋ ਬਾਅਦ ਦੇ ਵਿੱਚ ਤੁਸੀਂ ਆਪਣੇ ਪੰਜਾਬੀ ਐਡ ਕਰਨਾ ਚਾਹੁੰਦੇ ਹੋ ਮੈਥ ਐਡ ਕਰਨਾ ਚਾਹੁੰਦੇ ਹੋ ਸਾਇੰਸ ਐਡ ਕਰਨਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਇਹਨਾਂ ਦੋ ਸਬਜੈਕਟਸ ਤੋਂ ਇਲਾਵਾ ਤੀਜਾ ਸਬਜੈਕਟ ਵੀ ਆਪਣੀ ਬੀਐਡ ਦੇ ਵਿੱਚ ਐਡ ਕਰਨਾ ਮੈਂ ਇਸ ਨੂੰ ਵੀ ਵਧੀਆ ਤਰੀਕੇ ਨਾਲ ਪੜਾ ਸਕਦਾ ਤਾਂ ਉਸ ਨੂੰ ਕਿਵੇਂ ਐਡ ਕੀਤਾ ਜਾਵੇ ਜਿੰਨੇ ਵੀ ਬੀਐਡ ਫਾਈਨਲ ইয়ার ਦੇ ਸਟੂਡੈਂਟ ਹੈ ਜਾਂ ਜਿਨ੍ਹਾਂ ਨੇ ਕਰ ਲਈ ਜਿੰਨਾ ਮਰਜ਼ੀ ਟਾਈਮ ਉਹਨਾਂ ਦੀ ਬੀਐਡ ਕੀਤੀ ਨੂੰ ਹੋ ਗਿਆ ਕੋਈ ਵੀ ਟਾਈਮ ਮੈਟਰ ਨਹੀਂ ਕਰਦਾ ਕਿ 2 ਸਾਲ ਹੋ ਗਏ 4 ਸਾਲ ਹੋ ਗਏ 6 ਸਾਲ ਹੋ ਗਏ ਤੁਸੀਂ ਆਰਾਮ ਨਾਲ ਕੰਟੀਨਿਊ ਆਪਣਾ ਕੋਰਸ ਹੈ ਜਿਹੜਾ ਉਹ ਕਰ ਸਕਦੇ ਹੋ ਐਡੀਸ਼ਨਲ ਸਬਜੈਕਟ ਲੈ ਸਕਦੇ ਹੋ ਜਿਹੜੀ ਵੀ ਯੂਨੀਵਰਸਿਟੀ ਦੇ ਥਰੂ ਤੁਸੀਂ ਬੀਐਡ ਕੀਤੀ ਹੈ ਤੁਸੀਂ ਉਸੇ ਯੂਨੀਵਰਸਿਟੀ ਦੇ ਥਰੂ ਜਦੋਂ ਐਗਜ਼ਾਮੀਨੇਸ਼ਨਸ ਫਾਰਮ ਫਿਲ ਕੀਤੇ ਜਾਂਦੇ ਆ ਆਪਣਾ ਫਾਰਮ ਫਿਲ ਕਰ ਸਕਦੇ ਹੋ ਐਡੀਸ਼ਨਲ ਸਬਜੈਕਟ ਦੇ ਲਈ ਸੈਮੈਸਟਰ ਵਾਈਜ਼ ਤੁਹਾਨੂੰ ਇਹਦਾ ਪੇਪਰ ਦੇਣਾ ਪਵੇਗਾ ਜਿਵੇਂ ਤੁਸੀਂ ਬੀਐਡ ਅੱਜਕੱਲ ਦੇ ਪ੍ਰੋਸੈਸ ਦੇ ਥਰੂ ਹੋ ਰਹੀ ਹੈ ਉਸੇ ਤਰੀਕੇ ਨਾਲ ਤੁਹਾਨੂੰ ਆਪਣਾ ਪੇਪਰ ਦੇਣਾ ਪਵੇਗਾ ਸੈਮੈਸਟਰ ਟਾਈਪ ਦੇ ਨਾਲ ਜਿਵੇਂ ਰੈਗੂਲਰ ਸਟੂਡੈਂਟ ਬੀ ਐਡ ਕਰਦੇ ਆ ਉਸੇ ਤਰੀਕੇ ਨਾਲ ਤੁਹਾਨੂੰ ਹਰ ਵਾਰ ਪੇਪਰ ਦੇਣੇ ਪੈਣਗੇ ਤੁਸੀਂ ਯੂਨੀਵਰਸਿਟੀ ਨੂੰ ਫਾਰਮ ਫਿਲ ਕਰਕੇ ਦਿਓਗੇ ਅਪਲਾਈ ਕਰੋਗੇ ਉਸ ਦੀ ਫੀਸ ਆ ਜਿਹੜੀ ਉਹ ਵੀ ਫਿਲ ਕਰੋਗੇ ਤੇ ਜਦੋਂ ਤੁਹਾਡਾ ਐਡੀਸ਼ਨਲ ਸਬਜੈਕਟ ਇਹ ਕੰਪਲੀਟ ਹੋ ਜਾਂਦਾ ਇਸ ਦਾ ਕੋਰਸ ਤੁਹਾਨੂੰ ਇੱਕ ਅਲੱਗ ਮਾਰਕਸ਼ੀਟ ਮਿਲੂਗੀ ਜਿਸ ਦੇ ਵਿੱਚ ਐਡੀਸ਼ਨਲ ਸਬਜੈਕਟ ਤੁਹਾਡੇ ਜਿਹੜੇ ਮੈਂਸ਼ਨ ਕੀਤੇ ਹੋਣਗੇ ਜਦੋਂ ਵੀ ਤੁਸੀਂ ਕਿਸੇ ਪੋਸਟ ਲਈ ਅਪਲਾਈ ਕਰੋਗੇ ਤਾਂ ਨਾਲ-ਨਾਲ ਤੁਸੀਂ ਆਪਣਾ ਐਡੀਸ਼ਨਲ ਸਬਜੈਕਟ ਵਾਰੀ ਜਿਹੜੀ ਮਾਰਕਸ਼ੀਟ ਹੋਊਗੀ ਉਸ ਨੂੰ ਵੀ ਐਡ ਕਰਕੇ ਦਿਖਾਉਂਗੇ ਪਿੰਨਾ ਵੀ ਤੁਹਾਡੇ ਤੁਹਾਨੂੰ ਬੀ ਐਡ ਕੀਤੀ ਨੂੰ ਸਮਾਂ ਹੋ ਗਿਆ ਗੈਪ ਆ ਜਿਹੜਾ ਉਹ ਤੁਹਾਡਾ ਕਾਊਂਟੇਬਲ ਗੈਪ ਆ ਜਿਹੜਾ ਉਸ ਦਾ ਕੋਈ ਮੈਟਰ ਨਹੀਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਤਾਂ ਇਹਦੇ ਵਿੱਚ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਅਕੋਰਡਿੰਗ ਬੀ ਐਡ ਦੇ ਵਿੱਚ ਸਬਜੈਕਟ ਆ ਜਿਨ੍ਹਾਂ ਨੂੰ ਤੁਸੀਂ ਐਜ਼ ਅ ਐਡੀਸ਼ਨਲ ਸਬਜੈਕਟ ਲੈ ਸਕਦੇ ਹੋ ਉਹ ਹੈ ਹਿੰਦੀ ਪੰਜਾਬੀ ਇੰਗਲਿਸ਼ ਐਸ ਐਸ ਟੀ ਮੈਥ ਐਂਡ ਸਾਇੰਸ ਠੀਕ ਹੈ ਅਦਰ ਯੂਨੀਵਰਸਿਟੀ ਜਿਹੜਿਆ ਨੇ ਮਤਲਬ ਮੰਨ ਲਓ ਕਿਸੇ ਹੋਰ ਯੂਨੀਵਰਸਿਟੀ ਤੋਂ ਬੀਐਡ ਕੀਤੀ ਹੈ ਤੇ ਹੁਣ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਨਾ ਚਾਹੁੰਦੇ ਐ ਐਡੀਸ਼ਨਲ ਸਬਜੈਕਟ ਤਾਂ ਸਿਰਫ ਉਹ ਪੰਜਾਬੀ ਕਰ ਸਕਦੇ ਆ ਉਹ ਵੀ ਇੱਕ ਸ਼ਰਤ ਤੇ ਕਿ ਜਿਹੜੀ ਯੂਨੀਵਰਸਿਟੀ ਦੇ ਥਰੂ ਉਹਨਾਂ ਨੇ ਬੀਐਡ ਕੀਤੀ ਸੀ ਉੱਥੇ ਪੰਜਾਬੀ ਨਾ ਹੋਵੇ बीएड ਦੇ ਵਿੱਚ ਅਵੇਲੇਬਲ ਨਾ ਹੋਵੇ ਤਾਂ ਕਰ ਸਕਦੇ ਨਹੀਂ ਤੁਸੀਂ ਸਿਰਫ ਆਪਣੀ ਜੁਨੀਵਰਸਿਟੀ ਤੁਸੀਂ ਕਿਸੇ ਵੀ ਜੁਨੀਵਰਸਿਟੀ ਤੋਂ ਬਿਲੋਂਗ ਕਰਦੇ ਹੋ ਤੁਸੀਂ ਉਸੇ ਜੁਨੀਵਰਸਿਟੀ ਦੇ ਥਰੂ ਐਡੀਸ਼ਨਲ ਸਬਜੈਕਟ ਕਰੋਗੇ ਚਾਹੇ ਤੁਹਾਡਾ ਕੋਈ ਵੀ ਕੋਰਸ ਹੈ ਠੀਕ ਹੈ ਐਡੀਸ਼ਨਲ ਸਬਜੈਕਟ ਤੁਸੀਂ ਆਪਣੀ ਜੁਨੀਵਰਸਿਟੀ ਆਪਣੇ ਬੋਰਡ ਦੇ ਥਰੂ ਹੀ ਕਰ ਸਕਦੇ ਹੋ ਇਹ ਕਿ ਇਸ ਦੇ ਬੈਨੀਫਿਟਸ ਕੀ ਐਡੀਸ਼ਨਲ ਸਬਜੈਕਟਾਂ ਕਰਨ ਦੇ ਬੈਨੀਫਿਟ ਇਹ ਹੈ ਕਿ ਤੁਸੀਂ ਜਿਹੜੇ ਦੋ ਸਬਜੈਕਟਾਂ ਨਾਲ ਬੀ ਐਡ ਕੀਤੀ ਹੈ ਉਹਨਾਂ ਤੋਂ ਇਲਾਵਾ ਤੀਜੇ ਸਬਜੈਕਟ ਦੇ ਵੀ ਜੇ ਤੁਸੀਂ ਟੀਚਰ ਬੰਨਣਾ ਚਾਹੁੰਦੇ ਹੋ ਤਾਂ ਤੁਹਾਡਾ ਬੈਨੀਫਿਟ ਹੈ ਜਿਹੜਾ ਇਸ ਚੀਜ਼ ਦਾ ਰਹਿੰਦਾ ਹੈ ਠੀਕ ਹੈ ਯੂਨੀਵਰਸਿਟੀ ਤੁਸੀਂ ਆਪਣੀ ਯੂਨੀਵਰਸਿਟੀ ਦੇ ਥਰੂ ਹੀ ਕਰੋਗੇ ਟਾਈਮਿੰਗ ਹੈ ਜਿਹੜੀ ਉਹ ਉਨੀ ਹੋਊਗੀ ਜਿੰਨੀ ਕਿਸੇ ਨਾਰਮਲ ਕੋਰਸ ਦੀ ਹੁੰਦੀ ਹੈ ਠੀਕ ਹੈ ਤਾਂ ਇਹ ਆਈ ਹੋਪ ਜਿਹੜੇ ਇੰਪੋਰਟੈਂਟ ਟਾਪ ਸਿੱਗੇ ਕੁਐਸਚਨਸ ਐਡੀਸ਼ਨਲ ਸਬਜੈਕਟ ਨੂੰ ਲੈ ਕੇ ਤੁਹਾਡੇ ਡਾਊਟ ਕਿਸੇ ਦੇ ਮਨ ਦੇ ਵਿੱਚ ਹੋਊਗਾ ਤਾਂ ਉਹ ਕਲੀਅਰ ਹੋ ਚੁੱਕਿਆ ਹੋਊਗਾ ਤੇ ਇਸ ਦੀ ਜਿਹੜੀ ਫੀਸ ਹੁੰਦੀ ਹੈ ਉਹ ਰੈਗੂਲਰ ਕੋਰਸ ਤੋਂ ਘੱਟ ਹੁੰਦੀ ਹੈ ਇਹ ਨਹੀਂ ਕਿ ਸੇਮ ਤੁਸੀਂ ਉਨੀ ਫੀਸ ਪੇ ਕਰੋਗੇ ਨਹੀਂ ਬਿਲਕੁਲ ਨਹੀਂ ਕਰੋਗੇ ਇਸ ਦੇ ਲਈ ਕੀ ਹੁੰਦਾ ਜਿਹੜੇ ਰੈਗੂਲਰ ਯੂਨੀਵਰਸਿਟੀਨਲਸ ਜੁੜੇ ਹੋਏ ਸਟੂਡੈਂਟਾ ਆਲਰੇਡੀ ਉਹਨਾਂ ਨੇ ਬੀਏ ਕੀਤੀ ਆ ਜਾਂ ਕੋਈ ਵੀ ਬੈਚਲਰ ਕੋਰਸ ਕੀਤਾ ਹੈ ਬੀਐਡ ਕੀਤੀ ਆ ਉਸੇ ਯੂਨੀਵਰਸਿਟੀ ਤੋਂ ਕਰੀ ਆ ਉਹਨਾਂ ਨੂੰ ਥੋੜੀ ਜਿਹੀ ਘੱਟ ਫੀਸ ਦੇਣੀ ਪੈਣੀ ਹੈ ਜਿਹੜੇ ਬਾਹਰੋਂ ਕਿਸੇ ਹੋਰ ਯੂਨੀਵਰਸਿਟੀ ਤੋਂ ਆ ਕੇ ਫਿਰ ਇੱਥੇ ਐਡ ਹੋਣਗੇ ਮੰਨ ਲਓ ਪੰਜਾਬੀ ਯੂਨੀਵਰਸਿਟੀ ਦੇ ਨਾਲ ਐਡ ਹੋਣਗੇ ਜਾਂ ਕਿਸੇ ਵੀ ਯੂਨੀਵਰਸਿਟੀ ਅਦਰ ਯੂਨੀਵਰਸਿਟੀ ਤੋਂ ਤੁਸੀਂ ਕਰਨਾ ਚਾਹੁੰਦੇ ਹੋ ਬੀਐਡ ਕਿਸੇ ਹੋਰ ਤੋਂ ਕੀਤੀ ਆ ਪਰ ਐਡੀਸ਼ਨਲ ਕਿਸੇ ਹੋਰ ਤੋਂ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਥੋੜੀ ਜਿਹੀ ਫੀਸ ਤੁਹਾਨੂੰ ਜ਼ਿਆਦਾ ਪੇ ਕਰਨੀ ਪਊਗੀ ਹਰ ਯੂਨੀਵਰਸਿਟੀ ਨਹੀਂ ਕਰਵਾਉਂਦੀ ਐਡੀਸ਼ਨਲ ਸਬਜੈਕਟ ਦੂਜੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਜੇ ਕਰਵਾਉਂਦੀ ਵੀ ਹੈ ਤਾਂ ਰੂਲ ਐਂਡ ਰੈਗੂਲੇਸ਼ਨ ਉਹਨਾਂ ਦੇ ਹੁੰਦੇ ਆ ਕਿ ਉਹ ਕਿਸ ਤਰੀਕੇ ਨਾਲ ਅਪਲਾਈ ਤੁਸੀਂ ਕਰ ਸਕਦੇ ਹੋ ਕਿਉਂ ਕਰ ਸਕਦੇ ਹੋ ਕੋਈ ਰੀਜ਼ਨ ਤੁਹਾਡੇ ਕੋਲੇ ਹੋਣਾ ਚਾਹੀਦਾ ਆਈ ਹੋਪ ਵੀਡੀਓ ਹੈਲਪਫੁਲ ਰਹੀ ਹੋਵੇਗੀ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਜਾਣਕਾਰੀ ਨੂੰ ਵੱਧ ਤੋਂ ਵੱਧ ਦੂਜਿਆਂ ਨਾਲ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਥੈਂਕ ਯੂ